ਦੇਖੋ ਇਹ ਬੀਬੀ ਹੁਣ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਵੀ ਆਪਾਂ ਸਹੁੰ ਚੱਕਦੇ ਹਾਂ ਕਿ ਦੇਸ਼ ਦੀ ਅਖੰਡਤਾ ਅਤੇ ਏਕਤਾ ਬਾਰੇ, ਲੇਕਿਨ ਇਹਦੀ ਗੱਲਾਂ ਇਹੋ ਜਿਹੀ ਨੇ ਜਿਹੜੀ ਨਾ ਅਖੰਡਤਾ ਛੱਡੇ ਤਾਂ ਨਾ ਏਕਤਾ ਰਹਿੰਦੇ ਨਹੀਂ। ਅਤੇ ਮੈਂ ਸਮਝਦੀ ਹਾਂ ਕਿ ਇਹ ਜਿਹੜੀ ਪਾਰਟੀ ਨੇ ਇਹਨੂੰ MP ਬਣਾਇਆ ਹੈ ਉਹ ਥੋੜ੍ਹਾ ਬੀਬੀ ਨੂੰ ਸਮਝਾਏ। ਦੂਜੀ ਗੱਲ, ਇਸ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਦੀ ਮਾਨਸਿਕਤਾ ਸਾਰਿਆਂ ਨੂੰ ਨਜ਼ਰ ਆ ਰਹੀ ਹੈਗੀ, ਖਾਸ ਤੌਰ 'ਤੇ ਪੰਜਾਬ ਪ੍ਰਤੀ, ਸਾਡੇ ਕਿਸਾਨਾਂ ਪ੍ਰਤੀ, ਸਾਡੇ ਨੌਜਵਾਨਾਂ ਪ੍ਰਤੀ। ਅਤੇ ਪੰਜਾਬ ਦੀ ਤਾਂ ਮੈਂ ਗੱਲ ਕੀ ਕਰ ਗਿਆ, ਸਾਡਾ ਪਾਣੀ ਖੋਲ੍ਹ ਨੂੰ ਫਿਰਦੇ ਨੇ। ਹੁਣ ਤੁਸੀਂ ਦੇਖੋ ਸਾਡੇ ਗਰੀਬਾਂ ਦੇ ਮਕਾਨ ਜਿੰਨੇ ਸੀ ਉਹ 25% ਕੱਟਤੇ, ਇਹ ਜਿਹੜੇ ਕਿਸਾਨਾਂ ਨੂੰ 6,000 ਰੁਪਏ ਉਹ ਲਾਭਾਰਥੀਆਂ ਦਾ ਨੰਬਰ ਕੱਟਤੇ, ਪਾਣੀ ਸਾਡਾ ਲੈਣ ਨੂੰ ਜਾਂਦੇ ਨੇ। ਜਦੋਂ ਮੌਕਾ ਮਿਲਦਾ ਕਿਸਾਨਾਂ ਨੂੰ ਕਦੇ ਵੱਖਵਾਦੀ ਕਦੇ ਆਤੰਕਵਾਦੀ ਕਹਿ ਕੇ, ਅਤੇ ਹੁਣ ਇਹੋ ਜਿਹੀ ਪਿਕਚਰਾਂ ਵੀ ਕੱਢ ਰਹੇ ਨੇ ਐਮਰਜੈਂਸੀ ਵਾਸੀ, ਜਿਹਦੇ ਵਿੱਚ ਇਹ ਕੰਗਣਾ ਰਣੌਤ ਹੀ ਹੈਗੀ, ਜਿਸ ਐਮਰਜੈਂਸੀ ਦੇ ਖਾਤਰ ਹਜ਼ਾਰਾਂ ਅਕਾਲੀ ਵਰਕਰਾਂ ਨੇ ਅਤੇ ਲੀਡਰਾਂ ਨੇ ਗ੍ਰਿਫਤਾਰੀਆਂ ਦਿੱਤੀ। ਜਿਸ ਦਿਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਇਹ ਦੇਸ਼ ਨੂੰ ਤੋੜਨ ਵਾਸਤੇ, ਸੰਵਿਧਾਨ ਨੂੰ ਤੋੜਨ ਵਾਸਤੇ, ਕਮਜ਼ੋਰ ਕਰਨ, ਸਭ ਤੋਂ ਪਹਿਲੀ ਗ੍ਰਿਫਤਾਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕੇ ਬਾਲ ਸਾਹਿਬ ਨੇ ਦਿੱਤੀ। ਅਤੇ ਹਰ ਰੋਜ਼ ਅਕਾਲੀ ਦਲ ਦਾ ਜੱਥਾ ਜਾਂਦਾ ਸੀ ਅਖੀਰਲੇ ਦਿਨ ਤਾਈਂ। ਇੰਨੀ ਵੱਡੀ ਦੇਣ ਕਿ 70,000 ਪੰਜਾਬ ਦੇ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਸਭ ਤੋਂ ਵੱਡੀ ਪੰਜਾਬ 'ਚ ਲੜਾਈ ਜੇ ਲੜੀ ਅਕਾਲੀਆਂ ਨੇ ਲੜੀ ਐਮਰਜੈਂਸੀ ਵਰਗੀ ਪਿਕਚਰ 'ਚ, ਇਸ ਲੜਾਈ ਇਸ ਕੁਰਬਾਨੀ ਦਾ ਤਾਂ ਜ਼ਿਕਰ ਤੱਕ ਨਹੀਂ। ਲੇਕਿਨ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ ਹੋਰ ਨਜ਼ਰੀਏ ਦੇ ਨਾਲ ਦੇਸ਼ ਨੂੰ ਪੇਸ਼ ਕਰਨ ਵਾਸਤੇ ਇਹ ਇਹਨਾਂ ਦੀ ਮਾਨਸਿਕਤਾ, ਜਿਹੜਾ ਕਰਕੇ ਸਾਨੂੰ ਆਤੰਕਵਾਦੀ ਤਾਂ ਕੁਛ ਕਹਿੰਦੇ ਨੇ। ਅਤੇ ਇਹ ਹਰ ਚੀਜ਼ ਕੰਗਣਾ ਰਣੌਤ, ਭਾਵੇਂ CISF ਜਵਾਨ ਆਪਦਾ ਕੰਮ ਕਰ ਰਹੀ ਹੋਏ ਉਹਦੇ ਨਾਲ ਹੀ ਇਹਦਾ ਪੰਗਾ ਪੈਂਦਾ। ਜੇ ਕੋਈ ਮਾਤਾ ਕਿਸਾਨੀ ਅੰਦੋਲਨ 'ਚ ਜਾ ਉਹਨੂੰ ਮਾੜਾ ਆ ਬੋਲਦੀ ਹੈਗੀ, ਅਤੇ ਐਮਰਜੈਂਸੀ ਵਰਗੀ ਪਿਕਚਰ 'ਚ ਵੀ ਆਹੀ ਕੰਮ ਕਰਦੀ ਹੈ। ਤਾਂ ਹੁਣ ਇਹਦੇ ਬਿਆਨ ਜੇ ਦੇਸ਼ ਨੂੰ ਤੋੜਨ ਵਾਲੇ ਨੇ ਅਤੇ ਮੋਦੀ ਸਰਕਾਰ ਮੋਦੀ ਇਹਨਾਂ ਨੂੰ ਇਹਨੂੰ ਰੋਕੇ ਨਾ, ਫਿਰ ਸ਼ੈ ਕਿੱਥੋਂ ਮਿਲ ਰਹੀ ਹੈ? ਆਪਾਂ ਸਾਰੇ ਪੰਜਾਬੀ ਸਮਝ ਰਹੇ ਨੇ ਕੀ ਕਾਰਨ ਕੀ ਹੈ, ਇਸ ਦੇ ਪਿੱਛੇ ਕੀ ਹਾਦਸਾ ਹੋ ਸਕਦਾ ਹੈ ਵੀ ਜਿਹੜਾ ਵਾਰ-ਵਾਰ ਪੰਜਾਬ ਦੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ? ਤੁਸੀਂ ਦੇਖੋ ਪੰਜਾਬ ਦੇ ਰਾਜਧਾਨੀ ਦੇ ਉੱਤੇ ਹੱਕ ਇਹ ਭਗਵੰਤ ਮਾਨ ਨੇ, ਹਰਿਆਣੇ ਨੇ ਜ਼ਮੀਨ ਮੰਗੀ ਇਹਨੇ ਚੱਕੇ ਜ਼ਮੀਨ ਉਹਨਾਂ ਨੂੰ ਲੈ ਲੈਣ ਦਿੱਤੀ। ਜਿਹੜਾ 60-40 ਰੇਸ਼ੋ ਹੁੰਦਾ ਸੀ ਕਰੇ ਪੰਜਾਬ ਦੇ ਹਰਿਆਣੇ ਦੇ ਅਫਸਰ, ਇਹਨੇ ਬਾਹਰ ਦੇ ਅਫਸਰ ਸਾਰੇ ਲਾ ਤੇ ਉਹ ਵੀ ਆਪਣਾ ਹੱਕ ਕਮਜ਼ੋਰ ਕਰਤਾ। ਅਤੇ ਹੁਣ ਇਹਨਾਂ ਦੇ ਮੈਨੀਫੈਸਟੋ ਕਾਂਗਰਸ ਜਿਹੜਾ ਭਾਈਵਾਲੀ ਹੈਗੀ ਆਮ ਆਦਮੀ, ਇਹਨਾਂ ਨੇ ਤਾਂ ਕਿਹਾ ਕਿ ਜੇ ਸਾਡੀ ਸਰਕਾਰ ਬਣਦੀ ਅਸੀਂ ਤਾਂ ਚੰਡੀਗੜ੍ਹ ਨੂੰ ਵੱਖ ਸਰਕਾਰ ਹੀ ਬਣਾ ਦਾਂਗੇ। ਮਤਲਬ ਸਾਡੀ ਰਾਜਧਾਨੀ ਗਈ ਜਿਹਦੇ ਵਾਸਤੇ ਸਾਡੇ ਵੱਡੇ ਵੱਡੇ ਨੇ ਖੂਨ ਡੋਲਿਆ ਸੀ, SYL ਦੀ ਨਹਿਰ ਵਾਸਤੇ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਭਾਜਪਾ ਤਿੰਨੋਂ ਇਕੱਠੇ ਹੋ ਕੇ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾਏ, ਹਰਿਆਣੇ 'ਚ ਇੱਕ ਇੱਕ ਖੇਤ 'ਚ ਕਹਿੰਦੇ ਅਸੀਂ ਪੰਜਾਬ ਦਾ ਪਾਣੀ, ਇੱਥੇ ਅੱਗੇ ਹੀ ਪਾਣੀ ਦੇ ਨਾਲ ਘਾਟ ਕਮੀ ਦੇ ਨਾਲ ਲੋਕਾਂ ਦਾ ਨੁਕਸਾਨ, ਪਾਣੀ ਖੋਣ ਨੂੰ ਫਿਰਦੇ ਨੇ। ਇਹਨਾਂ ਨੇ ਸਾਡੇ ਅੱਧਾ ਪੰਜਾਬ BSF ਦੇ ਹਵਾਲੇ ਕਰਤਾ। ਰੋਜ਼ ਬਾਰਡਰ ਪਾਰੋਂ ਡਰੋਨ ਆ ਰਹੇ ਨੇ ਅਸਲਿਆਂ ਦੇ ਨਾਲ, ਨਸ਼ਿਆਂ ਦੇ ਨਾਲ, ਕੋਈ ਰੋਕ ਟੋਕ ਨਹੀਂ। ਜਦੋਂ ਤੋਂ BSF ਨੂੰ ਦਿੱਤਾ 10 ਗੁਣਾ ਵੱਧ ਗਏ ਨੇ, ਕਿਉਂ ਜ਼ਿੰਮੇਵਾਰ ਨਹੀਂ ਕੋਈ ਫਿਰਾਉਂਦਾ? ਅੱਜ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਲੋਕ ਗੋਲੀਆਂ ਦੇ ਨਾਲ ਸ਼ਰੇਆਮ ਦਿਨ ਦਿਹਾੜੇ ਮਾਰ ਦਿੰਦੇ ਨੇ। ਲੋਕ ਘਰ 'ਚ ਸੁਰੱਖਿਅਤ ਨਹੀਂ, ਆਪਦੇ ਦਫ਼ਤਰ 'ਚ ਸੁਰੱਖਿਅਤ ਨਹੀਂ, ਆਪਦੇ ਦੁਕਾਨ 'ਚ ਸੁਰੱਖਿਅਤ ਨਹੀਂ, ਸੜਕਾਂ 'ਚ ਲੁੱਟਾਂ, ਖੋਆ, ਚੋਰੀਆਂ, ਚਕੇਰੀਆਂ, ਨਸ਼ੇ, ਤਾਂ ਫਿਰ ਪੰਜਾਬ 'ਚ ਸੁਰੱਖਿਆ ਕਿੱਥੇ ਗਈ? ਕੌਣ ਹੈ ਸੁਰੱਖਿਆ ਦਾ ਜ਼ਿੰਮੇਵਾਰ? ਵੱਡੇ ਵੱਡੇ ਸਿੰਗਰ ਹੋਣ, ਵੱਡੇ ਖਿਡਾਰੀ ਹੋਣ, ਆਮ ਆਦਮੀ ਹੋਣ, ਸਾਰੇ ਸ਼ਿਕਾਰ ਹੋ ਰਹੇ ਨੇ ਇਹ ਹਾਲਾਤ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਬੁਲੇਟ ਪਰੂਫ ਸ਼ੀਸ਼ੇ 25 ਲੱਖ ਦੇ ਲਾ ਕੇ ਭਾਸ਼ਣ ਦੇਣਾ ਪੈਂਦਾ 15 ਅਗਸਤ। ਇਹ ਪੰਜਾਬ ਦੇ ਹਾਲਾਤ ਕਿਹਨੇ ਪੈਦਾ ਕੀਤੇ ਨੇ? ਸੋ ਹਰ ਪੱਖੋਂ ਪੰਜਾਬ ਦੀ ਇੰਡਸਟਰੀ ਭੱਜ ਰਹੀ ਹੈ, ਇੰਡਸਟਰੀ ਦੇ ਜਾਣ ਦੇ ਨਾਲ ਨੌਕਰੀਆਂ ਜਾ ਰਹੀਆਂ ਨੇ, ਬੇਰੁਜ਼ਗਾਰੀ ਵੱਧ ਰਹੀ ਹੈਗੀ। ਅਤੇ ਆ ਜਿੱਥੇ ਇਹੋ ਜਿਹਾ ਮਾਹੌਲ ਹੋਏ
ਉੱਥੇ ਫਿਰ ਅਮਨ ਸ਼ਾਂਤੀ ਨਹੀਂ ਰਹੂਗੀ ਤਾਂ ਫਿਰ ਤਰੱਕੀ ਅਤੇ ਵਿਕਾਸ ਕਿੱਥੇ ਰਹੂਗੀ? ਭਗਵੰਤ ਮਾਨ ਨੂੰ ਤਾਂ ਹਰ ਮਹੀਨੇ ਜਾ ਕੇ ਕੇਜਰੀਵਾਲ ਨੂੰ ਮੱਥਾ ਟੇਕਦਾ ਹੈ। ਕੇਜਰੀਵਾਲ ਨੂੰ ਬਈ ਇਨਸੁਲਿਨ ਦਾ ਟੀਕਾ ਪੂਰਾ ਨਹੀਂ ਲੱਗਿਆ, ਉਹਦੀ ਸਿਹਤ ਖਰਾਬ ਹੋਈ ਤਾਂ ਆਸੂ ਬਹਾਉਂਦਾ ਹੈਗਾ। ਇੱਥੇ ਜਿਹੜੇ ਲੋਕ ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ ਨਸ਼ਿਆਂ ਦੇ ਨਾਲ, ਜਿਹੜਾ 4 ਹਫ਼ਤਿਆਂ 'ਚ ਕਹਿੰਦਾ ਸੀ ਮੈਂ ਖਤਮ ਕਰਾਂਗਾ, ਪਿਛਲੇ 15 ਅਗਸਤ 'ਚ ਸਹੁੰ ਚੱਕੀ ਸੀ, ਬੱਚਿਆਂ ਨੂੰ ਵੀ ਚੁਕਾਈ ਸੀ ਅਗਲੇ 15 ਅਗਸਤ, ਉਹ 3-15 ਅਗਸਤ ਨੱਪ ਗਏ। ਉਹ ਮਾਵਾਂ ਦੇ ਹੰਝੂ ਪੋਛਣ ਵਾਸਤੇ ਤਾਂ ਇਹਨੂੰ ਸਮਾਂ ਨਹੀਂ, ਪਰ ਕੇਜਰੀਵਾਲ ਦੀ ਇਹਨੂੰ ਫਿਕਰ ਹੈ। ਜਾ ਸਕਦਾ ਹੈ ਦਿੱਲੀ, ਲੇਕਿਨ ਇੱਥੇ ਆ ਕੇ ਪੰਜਾਬੀਆਂ ਦੀ ਸਾਰ ਨਹੀਂ ਲੈ ਸਕਦਾ। ਤਾਂ ਮਨੀਸ਼ ਸਿਸੋਦੀਆ ਕਿ ਕੇਜਰੀਵਾਲ ਨੇ ਆ ਕੇ ਕਿਹੜੇ ਚੰਦ ਚਾੜ 'ਤੇ ਆ ਕੇ ਝੂਠੀ ਮਾਰਦੇ ਨੇ, ਪੰਜਾਬ ਨੂੰ ਲੁੱਟਣ ਵਾਸਤੇ ਲੱਗੇ ਹੋਏ ਨੇ, ਕਰਜ਼ਾਈ ਕਰ ਛੱਡਿਆ ਹੈ, ਲੋਕਾਂ ਦੇ ਕਾਰਡ ਕੱਟਤੇ, ਰਾਸ਼ਨ 30 ਕਿਲੋ ਤੋਂ 5 ਕਿਲੋ ਕਰ ਛੱਡਿਆ ਇਹਨਾਂ ਦਾ, ਬੱਚਿਆਂ ਦੇ ਇਹਨਾਂ ਦੇ ਵਜ਼ੀਫੇ ਬੰਦ ਹੋ ਗਏ, ਮਕਾਨ ਇਹਨਾਂ ਦੇ ਨਹੀਂ ਆ ਰਹੇ, ਫਲੱਸ਼ ਇਹਨਾਂ ਦੇ ਨਹੀਂ ਆ ਰਹੇ, ਪਿੰਡਾਂ ਦੀ ਗਰਾਂਟਾਂ ਨਹੀਂ ਆ ਰਹੀਆਂ ਨੇ, ਕਿਸਾਨ ਨੂੰ ਆਪਣਾ ਹੱਕ ਨਹੀਂ ਮਿਲ ਰਿਹਾ, ਅਤੇ ਗੈਂਗਸਟਰਾਂ ਦਾ ਇਹੋ ਦਾ ਰਾਜ ਕਿ ਹਾਈ ਸਿਕਿਉਰਿਟੀ ਜੇਲ੍ਹ ਤੋਂ ਵੱਡੇ ਖੂੰਖਾਰ ਗੈਂਗਸਟਰ ਲੋਰੈਂਸ ਬਿਸ਼ਨੋਈ ਵਰਗੇ ਸਰਕਾਰ ਦੀ ਸ਼ਹਿ ਦੇ ਨਾਲ 2-2 ਘੰਟੇ ਦੇ ਇੰਟਰਵਿਊ ਦਿੰਦੇ ਨੇ, ਇਹ ਪੰਜਾਬ ਦੇ ਹਾਲਾਤ। ਸ਼੍ਰੋਮਣੀ ਕਮੇਟੀ ਦੀਆਂ ਜਿਹੜੀ ਵੋਟਾਂ ਦੀ ਜਿਹੜੀ ਹੁਣ ਚੌਕੀ ਹੋਈ ਹੈਗੀ ਪਹਿਲਾਂ ਨਾਲੋਂ ਅੱਗੇ ਨਾਲੋਂ ਘਟੀ ਹੋਈ ਹੈ, ਕੀ ਕਰਨਾ? ਦੇਖੋ, ਇਹ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਕੇ ਇਹ ਜਿਹੜੀ ਸਾਰੀ ਰਣਨੀਤੀ ਚੱਲ ਰਹੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰੀਏ, ਇਹਨਾਂ ਦੇ ਆਗੂ ਨੂੰ ਦਬਾਈਏ, ਅਤੇ ਪੰਜਾਬ ਦੇ ਧਾਰਮਿਕ ਸਥਾਨਾਂ 'ਤੇ ਪੰਜਾਬ ਦੇ ਉੱਤੇ ਕਬਜ਼ੇ ਕਰਕੇ ਉਹ ਆਪਣਾ ਰਾਜ ਚਲਾਈਏ। ਇਹ ਬੜੀ ਗਿਨੀ ਮਿਨੀ ਸਾਜ਼ਿਸ਼ ਪੰਜਾਬ ਦੇ ਖਿਲਾਫ ਚੱਲ ਰਹੀ। ਤੁਸੀਂ ਦੇਖਿਆ ਪੰਜਾਬ ਦੀ ਖੇਤਰੀ ਪਾਰਟੀ ਦਾ ਕੀ ਹਾਲ ਕੀਤਾ ਹੋਇਆ ਹੈ, ਸਾਡੇ ਹਰਿਆਣੇ ਦੇ ਧਾਰਮਿਕ ਸਥਾਨਾਂ ਦੇ ਨਾਲ ਕੀ ਕੀਤਾ, ਦਿੱਲੀ ਦੇ ਨਾਲ ਕੀ ਕੀਤਾ, ਪਟਨਾ ਅਤੇ ਨੰਦੇੜ ਸਾਹਿਬ ਨਾਲ ਕੀ ਕੀਤਾ, ਉਹ ਹੀ ਸਾਡੀ ਸ਼੍ਰੋਮਣੀ ਕਮੇਟੀ 'ਚ ਕਰਨ 'ਚ ਲੱਗੇ ਹੋਏ ਨੇ। ਹੁਣ ਹਰਿਆਣੇ 'ਚ ਤਾਂ ਹੈ ਕਿ ਜਿਹੜੇ ਸਿੱਖ ਹੈ ਨਹੀਂ ਉਹਨਾਂ ਦੀ ਵੋਟਾਂ ਬਣਾਤੀਆਂ, ਕੱਲ੍ਹ ਉਹ ਗੈਰ ਸਿੱਖ ਦੀ ਵੋਟਾਂ ਬਣਨਗੀਆਂ ਅਤੇ ਉਹ ਕਮੇਟੀ ਦੇ ਮੈਂਬਰ ਬਣਨਗੇ ਅਤੇ ਫਿਰ ਪ੍ਰਧਾਨ ਬਣਨਗੇ, ਤਾਂ ਧਰਮ ਸਾਡਾ ਕਿੱਥੇ ਜਾਊਗਾ ਇਹਨਾਂ ਦੇ ਹੱਥ 'ਚ? ਅਤੇ ਆਹੀ ਕੁਛ ਪੰਜਾਬ 'ਚ ਵੀ ਚੱਲ ਰਿਹਾ। ਤਾਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਹਾਂ, ਵੱਡੇ ਵਡੇਰਿਆਂ ਨੇ ਖੂਨ ਡੋਲਿਆ ਸੀ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਨ ਵਾਸਤੇ, ਅਤੇ ਅੱਜ ਇਹ ਕਬਜ਼ਾ ਕਰਨ ਨੂੰ ਫਿਰਦੇ ਨੇ। ਹਰਿਆਣਾ ਕਮੇਟੀ 'ਚ ਕਬਜ਼ਾ ਕਰਕੇ ਨੁਕਸਾਨ ਕਿਹਦਾ ਹੋ ਰਿਹਾ ਹੈ? ਰੋਜ਼ ਸਿੱਖਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਅਤੇ ਸਿੱਖਾਂ ਦਾ ਜਲੂਸ ਨਿਕਲ ਰਿਹਾ, ਅਤੇ ਦਿੱਲੀ ਕਮੇਟੀ 'ਚ ਡਰਾ ਧਮਕਾ ਕਰ ਲਿਆ, ਕਿਹੜੀ ਸਿੱਖ ਦੀ ਆਵਾਜ਼ ਕੌਣ ਚੱਕਦਾ ਹੈ? ਇਹ ਇਕੱਲੀ ਸ਼੍ਰੋਮਣੀ ਕਮੇਟੀ ਰਹਿ ਗਈ ਹੈ। ਸਿੱਖਾਂ ਨੂੰ ਮੈਂ ਬੇਨਤੀ ਕਰਦੀ ਹਾਂ, ਇੰਨੀ ਵੱਡੀ ਸੰਸਥਾ ਜਿਹੜੀ ਸੰਸਥਾ 6ਵੇਂ ਪਾਤਸ਼ਾਹ ਦੇ ਅਕਾਲ ਤਖਤ ਸਾਹਿਬ ਤੋਂ ਥਾਪੀ ਗਈ ਹੈ, ਇਹਨਾਂ ਦਾ ਆਪ ਦਾ ਰਾਖਾ ਮਾਲਿਕ ਆਪ ਨੇ, ਉਸ ਮਾਲਿਕ ਦੇ ਉੱਤੇ ਭਰੋਸਾ ਰੱਖੋ, ਇਹ ਸਿੱਖਾਂ ਦੇ ਹੱਥ ਵਿੱਚ ਰਹੇ, ਨਾ ਕਿ ਜਿਹੜੇ ਪੇਸ਼ਵਾ ਸਾਹਿਬ ਪੂਛਾ ਤਾਂ ਸਾਰੀ ਸਿੱਖਾਂ ਵੀ ਰੱਖਦੇ ਨੇ, ਲੇਕਿਨ ਬਣੇ ਹੋਏ ਨੇ ਕੌਮ ਦੇ ਗੱਦਾਰ, ਕਿਉਂਕਿ ਇਹ ਕਰਦੇ ਨੇ ਨੌਕਰੀ ਦਿੱਲੀ ਦੇ ਸਰਕਾਰਾਂ ਦੀ, ਇਹ ਅਕਾਲੀ ਦਲ ਨਹੀਂ ਕਰਦੇ।